ਹੌਲੀ ਬੋਲ ਲਾ ਉਹ ਤੇਰੀ ਲੱਗਦੀ ਕਿਤੇ ਸੁਣ ਨਾ ਲਵੇ ਮੰਮੀ ਸੁਣਦੀ ਹੈ ਨਾ ਤੂੰ ਸੁਣ ਲੈ ਮੈਨੂੰ ਨਹੀਂ ਡਰ ਉਹਦਾ ਜੇ ਤੂੰ ਹੀ ਨਹੀਂ ਧੋਖਾ ਕੀਤਾ ਤੁਹਾਡੇ ਮੁੰਡੇ ਨੇ ਤਾਂ ਕੀਤਾ ਨਾ ਉਹਨੇ ਤੇ ਮੈਨੂੰ ਕੋਈ ਹੋਰ ਹੀ ਸੁਪਨੇ ਦਿਖਾਏ ਤੇ ਮੈਂ ਮੰਨ ਲੈਂਦੀ ਹਾਂ ਸਾਰੇ ਤੇ ਇਹ ਗੱਲਾਂ ਬੜੇ ਆਰਾਮ ਨਾਲ ਕਰੀ ਜਾਂਦੇ ਹੋ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਡੀ ਭੈਣ ਨਾ ਹੋਵੇ ਤੇ ਫੇਰ ਹੈਲੋ ਥੱਪੜ ਮਾਰ ਮੂੰਹ ਬੰਦ ਕਰ ਲੈ ਆਪਣਾ ਯਾਰ ਮੇਰੀ ਭੈਣ ਨੂੰ ਹੱਥ ਲਾਇਆ ਤੇ ਉਹ ਹੈਲੋ ਖਬਰਦਾਰ ਜੇ ਤੂੰ ਮੇਰੀ ਭੈਣ ਨੂੰ ਹੱਥ ਲਾਇਆ ਤੇ ਦਾਦਾ ਤਾਂ ਮੈਨੂੰ ਪਹਿਲੇ ਦਿਨ ਤੋਂ ਪਤਾ ਲੱਗ ਗਿਆ ਸੀ ਇਹ ਤਾਂ ਮੈਂ ਚੰਗੇ ਲਈ ਇੱਥੇ ਪਹੁੰਚ ਗਿਆ ਭੈਣੇ ਇਹ ਤੂੰ ਸਭ ਕੁਝ ਮੈਨੂੰ ਕਿੱਥੇ ਦੱਸਣਾ ਸੀ ਇਦਾਂ ਦੇ ਲੋਕ ਨਾ ਤੇਰੇ ਵਰਗੀਆਂ ਚੰਗੀਆਂ ਕੁੜੀਆਂ ਰੱਖਣ ਦੇ ਲਾਇਕ ਚੱਲ ਵੇ ਚੁੱਪ ਕਰ ਤੂੰ ਆਇਆ ਵੱਡਾ ਸਿਆਣਾ ਇਹਨਾਂ ਦਾਦੀ ਪੋਤਰੀ ਦੇ ਮਗਰ ਲੱਗ ਕੇ ਨਾ ਤੂੰ ਆਪਣੀ ਵੀ ਜ਼ਿੰਦਗੀ ਗਾਲਣ ਡਿਆ ਸੁਖੀ ਪੁੱਤ ਕੀ ਹਾਲ ਤਾਂ ਤੂੰ ਬਣਾ ਲਈ ਆਪਣੀ ਤਾਂ ਮੈਂ ਸਮਝ ਗਈ ਆ ਤਰਨ ਚਾਹੀਦੀ ਹੈ ਤੈਨੂੰ ਤਾਂ ਤਰਨ ਨੂੰ ਲਾਈਏ ਜਾ ਕੇ सारा कसूर तेरा आया एक तो दुखी आई एक तो तू दुखी कर छड़ी छड़ना नहीं है हाय रब्बा पता नहीं की होन दिया हाय रब्बा हाय मेरे सच्चे आ जा मुंडे आ जा देखिए साडे को तो बड़ी तगड़ी गलती हो गई आ चल मैं ही माफी मांगती हूं कुड़ी कोलो एदा नहीं हानू करना चाहिदा ओ दिन हाँ जी दसो किधर मुंह चुके आ जे भैन जी अंदर आओ तुहाडे नाल एक गल करनी है आ लो पानी इन्हां नूं नहीं इत्थों दा पानी लंघना ये वड्डे लोग ने जा रखिया पानी अंदर बी जी सानू माफ कर दो साथों बहुत वड्डी गलती हो गई है बाकी गल्लां से बाद च करदे आ ਅਸੀਂ ਆਪਣੀ ਤਰਨ ਨੂੰ ਲੈਣ ਆਏ ਹਾਂ ਮੈਂ ਆਪਣੀ ਧੀ ਨੂੰ ਲੈਣ ਆਈ ਹਾਂ ਕਾਹਦੀ ਮਾਫੀ ਜੇ ਕਿਤੇ ਉਹਨੂੰ ਆਪਣੀ ਧੀ ਸਮਝਿਆ ਹੁੰਦਾ ਤਾਂ ਆਹ ਦਿਨ ਨਾ ਮੈਨੂੰ ਵੇਖਣੇ ਪੈਂਦੇ ਭੈਣ ਜੀ ਸਾਨੂੰ ਨਾ ਮਾਫ਼ ਕਰ ਦਿਓ ਸਾਥੋਂ ਨਾ ਅਣਜਾਣੇ 'ਚ ਤਰਨ ਨਾਲ ਬੜਾ ਵੱਡਾ ਧੱਕਾ ਹੋ ਗਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਹਾਡੀਆਂ ਕਰਤੂਤਾਂ ਦਾ ਆਏ ਵੱਡੇ ਅਮੀਰ ਜ਼ਿਆਦੇ ਤੁਸੀਂ ਮੈਨੂੰ ਇਹ ਦੱਸੋ ਕਿਹੜੇ ਮੂੰਹ ਨਾਲ ਲੈਣ ਆਏ ਹੋ ਕੁੜੀ ਨੂੰ ਚਲੋ ਵੀ ਜੀ ਛੱਡੋ ਗੁੱਸਾ ਮੰਨਿਆ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਦੱਸੋ ਤਰਨ ਕੀ ਮਨਪ੍ਰੀਤ ਮੇਰੀ ਗੱਲ ਸੁਣ ਤੇਰੀ ਛੋਟੀਆਂ ਭੈਣਾਂ ਵਰਗੀ ਸੀ ਤਰਨ ਤੈਨੂੰ ਵੀ ਉਹਦੇ ਤੇ ਤਰਸ ਆਇਆ ਤੂੰ ਹੀ ਉਹਦਾ ਸਾਥ ਦੇਂਦੀਆਂ ਸੁਮਨ ਤੂੰ ਗੱਲ ਸੁਣ ਮੇਰੀ ਤੇਰੀ ਤੇ ਉਹ ਭਰਜਾਈ ਸੀ ਨਨਾਣ ਭਰਜਾਈਆਂ ਦਾ ਤੇ ਇੰਨਾ ਪਿਆਰ ਹੈ ਤੇ ਤੂੰ ਵੀ ਉਹਦੇ ਨਾਲ ਉਤਰਾ ਹੀ ਕੀਤਾ ਤੂੰ ਵੀ ਪੁੱਤਰ ਕਿਸੇ ਦੀ ਨੂੰਹ ਧੀ ਹੈ ਤੂੰ ਇਹ ਤੇ ਸੋਚਦੀ ਹੋ ਜੀ ਚਲੋ ਛੱਡੋ ਗੁੱਸੇ ਗਿਲੇ ਨੂੰ ਸਾਨੂੰ ਇਹ ਦੱਸੋ ਕਿ ਤਰਨ ਹੈ ਕਿੱਥੇ ਆ ਤੁਸੀਂ ਤਾਂ ਸਾਰੇ ਟੱਬਰ ਨੇ ਪੋਲੇ ਜੇ ਮੂੰਹ ਨਾਲ ਕਹਿਤਾ ਵੀ ਮਾਫੀ ਦੇ ਦਿਓ ਇਹ ਤਾਂ ਸਾਨੂੰ ਹੀ ਪਤਾ ਸਵੇਰ ਦੀ ਸਾਡੀ ਜਾਨ ਕਿੰਨੀ ਸੁੱਕਣੀ ਪਈ ਜਿੰਨੀ ਸਾਡੀ ਕੁੜੀ ਚਿੰਤਾ 'ਚ ਰਹੀ ਹੈ ਨਾ ਉਹ ਤਾਂ ਪਾਗਲਾਂ ਵਾਂਗੂ ਹੋ ਗਈ ਹੈ ਰਾਤ ਉਹਦਾ ਸਵੇਰ ਦਾ ਖੱਜਲ ਖੁਆਰ ਹੋਣ ਡਿਆ ਹੈ ਉੱਪਰੋਂ ਅਸੀਂ ਨੂੰਹ ਸੱਸ ਨੇ ਮਹੱਲਾ ਸਾਰਾ ਗਾਹ ਛੱਡਿਆ ਅਤੇ ਕੁੜੀ ਕਿਤੇ ਨਹੀਂ ਲੱਭੀ ਸਾਨੂੰ ਤਾਂ ਇੰਨੀ ਚਿੰਤਾ ਹੈ ਜਦੋਂ ਦੀ ਕੁੜੀ ਆਈ ਉਹਦਾ ਤਾਂ ਦਿਮਾਗ ਹੀ ਨਹੀਂ ਕੰਮ ਕਰਨ ਡਿਆ ਚੰਗੀ ਭਲੀ ਭੇਜੀ ਸੀ ਵਿਚਾਰੀ ਕਿੱਥੇ ਧੱਕੇ ਖਾਣ ਡਈ ਹੋਣੀ ਹੈ ਜੋ ਕੁਛ ਤੁਸੀਂ ਉਹਦੇ ਨਾਲ ਕੀਤਾ ਨਾ ਕੋਈ ਵੈਰੀ ਦੁਸ਼ਮਣ ਵੀ ਨਹੀਂ ਕਰ ਸਕਦਾ ਬੀਜੀ ਮੈਨੂੰ ਕਿਸੇ ਨੇ ਦੱਸਿਆ ਭੈਣ ਤੁਹਾਡੀ ਨਾ ਉਧਰ ਨਹਿਰ ਵੱਲ ਗਈ ਜੇ ਹੈ ਹਾਏ ਰੱਬਾ ਮੇਰੀ ਧੀ ਨੂੰ ਠੀਕ ਰੱਖੀ ਸੁਣ ਲਓ ਮੇਰੀ ਗੱਲ ਜੇ ਮੇਰੀ ਕੁੜੀ ਨੂੰ ਕੁਛ ਹੋ ਗਿਆ ਨਾ ਤੇ ਤੁਹਾਨੂੰ ਨਹੀਂ ਮੈਂ ਛੱਡਣਾ ਬੀਜੀ ਇਹ ਗੱਲਾਂ ਦਾ ਟਾਈਮ ਨਹੀਂ ਆ ਚਲੋ ਛੇਤੀ ਛੇਤੀ ਕੁੜੀ ਨੂੰ ਵੇਖੀਏ ਜਾ ਕੇ ਕੁਝ ਕਰ ਨਾ ਲਵੇ ਚਲੋ ਸੁੱਕੀ ਆਜੋ ਚਲੋ 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 ਵੇ ਸੁੱਕੀ ਵੇ ਉਹ ਨਹਿਰ ਦੇ ਕੰਢੇ ਤੇ ਖਲੋਤੀ ਆ ਵੇ ਭੱਜ ਵੇ ਭੱਜ ਭੱਜ ਤਰਨ ਨਹੀਂ ਰੁਕ ਜਾ ਤਰਨ ਤਰਨ ਨਾ ਕਰ ਤਰਨ ਤਰਨ ਨਾ ਕਰ ਮੇਲਾ बहुत माड़ी की तरन साड़े तो बहुत वड्डी गलती हो गई प्लीज सानू सारे नू माफ कर दे
अगे तो ये काम बिल्कुल नहीं होगा। तरन वो तो मेरे पुत ने तेरे करके जीना शुरू किया है, तू एक ही गलती करने लगी है। चल तरन आ मेरा पुत घर चल गया, उठ उठ। माफ कर दे सारे नु पुत, माफ कर। पुत देखिया वधिया सूट कोई कोई सिलेक्ट कर ला चंगे चंगे, तो गर्मी भी बहुत ज्यादा आ गई है, तो कॉटन के कोई चंगे चंगे ना सूट मंगा ला। हाँ जी मम्मी आ देखो, आ देखन रही हूँ मैं, मैंने तो आ भी बड़ा सोहना लगा वाइट जो कलर का ना। नहीं कोई डार्क कलर तो मंगा। डार्क आ भी सोहना, फिर ब्लू जहा देख ला तेन जो चंगे लगते हैं। उदन कल मैं ते दीदी उन्होंने भी देखे से, वह भी सोहने से ना दीदी सूट। भैया जहाँ पे किसी की शादी हुई है थोड़ा टाइम पहले। भाई हमें ना पता किसकी शादी है, आगे चले जा। दाजे देना तो इतने जे ही लगता है, पता नहीं यार कलोनी तो यही लगती है, कितने होगा घर। भाजी माड़ा जा रुको, भाजी रुको माड़ा जा। हाँ जी वीर जी। भाजी इतने तरन का घर कि जड़ी उम्र पुरे व्याई है। जड़ी उम्र पुरे व्याई है, ठीक ठीक ठीक, थोड़ा चिर होया व्याह मैनू। हाँ सुखी दी घर दी। हाँ जी हाँ जी भाजी उही अपना घर जे भाजी, ओ वाला ओ से गड्डी लगी है। ओ गड्डी वाला। हाँ जी सुखी दा घर दा भाजी, मेहरबानी। ओके भाजी। बेचारा माथड़ जा लगदा कोई। बाहर बैल होई है, मैं वेखा जाके। मम्मी बैठे रहो, मैं जाना वेख के आना कोई गल। चलो ठीक है वेख। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੱਸੋ। ਭਾਅ ਜੀ ਤਰਨ ਭੈਣ ਜੀ ਦਾ ਘਰ ਇਹੀ ਆ। ਤੁਸੀਂ ਕੌਣ? ਭਾਅ ਜੀ ਮੈਂ ਨਾ ਸਿੰਮੀ ਦਾ ਘਰ ਵਾਲਾ। ਸਿੰਮੀ ਦਾ ਘਰ ਵਾਲਾ? ਅੱਛਾ ਅੱਛਾ, ਤਰਨ ਦੀ ਸਹੇਲੀ। ਹਾਂਜੀ ਹਾਂਜੀ ਭਾਅ ਜੀ ਉਹੀ। ਅੱਛਾ ਅੱਛਾ, ਆਜੋ ਆਜੋ ਭਾਅ ਜੀ ਆਜੋ, ਕੋਈ ਗੱਲ ਨਹੀਂ ਆਜੋ ਭਾਅ ਜੀ ਆਜੋ। ਸ਼ੇਰਾ ਭਾਅ ਜੀ ਤੁਸੀਂ? ਭਾਅ ਜੀ ਇਕੱਲੇ ਹੀ ਆਏ, ਸਿੰਮੀ ਨਹੀਂ ਆਈ ਨਾਲ? ਨਹੀਂ ਦੀਦੀ ਮੈਂ ਇਕੱਲਾ ਹੀ ਆਇਆ। ਬੈਠੋ ਬੈਠੋ ਭਾਅ ਜੀ, ਤਰਨ ਪਾਣੀ ਲਿਆਓ ਪਹਿਲਾਂ। ਆ ਜਾਓ ਇੱਥੇ ਬੈਠੋ, ਲਓ ਭਾਅ ਜੀ ਪਾਣੀ। ਭਾਅ ਜੀ ਤੁਸੀਂ ਦੱਸਿਆ ਨਹੀਂ ਸਿੰਮੀ ਨਹੀਂ ਆਈ ਨਾਲ, ਨਾਲੇ ਬੜੇ ਪਰੇਸ਼ਾਨ ਲੱਗਦੇ ਪਏ ਹੋ। ਠੀਕ ਠਾਕ ਹੈ ਸਭ? ਸਿੰਮੀ ਠੀਕ ਹੈ? ਭੈਣੇ ਕੀ ਦੱਸਾਂ, ਜੋ ਮੇਰੇ ਨਾਲ ਹੋਇਆ ਨਾ ਰੱਬ ਕਰੇ ਕਿਸੇ ਨਾਲ ਨਾ ਹੋਵੇ। ਭਾਅ ਜੀ ਐਡੀ ਵੀ ਕਿਹੜੀ ਗੱਲ ਹੋ ਗਈ ਹੈ? ਤੈਨੂੰ ਵੀ ਪਤਾ ਹੀ ਆ, ਸਿੰਮੀ ਦੀ ਜਿੱਦ ਕਰਕੇ ਮੈਂ ਉਹਦੇ ਨਾਲ ਵਿਆਹ ਕੀਤਾ, ਆਪਣੇ ਘਰ ਦੇ ਵੀ ਛੱਡੇ। ਸਿੰਮੀ ਪਾਣੀ ਪਿਆਈ? ਸਿੰਮੀ ਪਾਣੀ ਨਹੀਂ। ਇੱਥੇ ਪਏ ਹੋਇਓ, ਜਾ ਕੇ ਦਵਾਈ ਲਿਆਓ। ਸਿੰਮੀ ਪਾਣੀ ਤੇ ਪਿਆ ਦੇ, ਉੱਠ ਕੇ ਤਾਂ ਪੀ ਲਓ। ਮੈਂ ਚੱਲੀ ਹਾਂ ਲੇਡੀ ਸੰਗੀਤ ਤੇ, ਮੇਰੇ ਕੋਲ ਟਾਈਮ ਨਹੀਂ ਹੈਗਾ। ਸਿੰਮੀ ਮੈਂ ਠੀਕ ਨਹੀਂ ਹੈਗਾ, ਜੇ ਰੁਕ ਜਾਂਦੀ ਅੱਜ ਤੇ ਚੰਗਾ। ਮੇਰੇ ਰੁਕਣ ਨਾਲ ਠੀਕ ਨਹੀਂ ਹੋਣਾ, ਜਾ ਕੇ ਤਾਂ ਦਵਾਈ ਲੈ ਕੇ ਆਓ, ਨਾਲੇ ਮੈਂ ਚੱਲੀ ਹਾਂ, ਮੁੰਡੇ ਨੂੰ ਨਾਲ ਲੈ ਜਾਵਾਂਗੀ ਮੈਂ। ਠੀਕ ਹੈ ਭਾਈ ਤੇਰੀ ਮਰਜ਼ੀ। ਲੈ ਲੈ ਪਿਆ ਰੂਣ, ਆ ਗਿਆ ਪੁੱਤ ਪਿਓ ਮੈਂ ਤੈਨੂੰ ਦੁੱਧ। ਫੜੀ ਯਾਰ ਮੈਂ ਨਿਆਣੇ ਨੂੰ ਦੁੱਧ ਪਿਆ ਵਾ, ਦਿਆ ਹੀ ਰੋਣ। ਵਾਹ ਨਿਆਣਾ ਘਰ ਛੱਡ ਕੇ ਆਇਆ ਕਰ ਭਰਾਵਾ, ਨਿਆਣੇ ਦਾ ਕੰਮ ਆਪਣੀ ਜਨਾਨੀ ਨੂੰ ਦਿਆ ਕਰ, ਐਵੇਂ ਨਾ ਨਿਆਣਾ ਨਿਆਲਿਆ ਕਰ। ਤੂੰ ਵੀ ਤੇ ਆਉਣਾ ਨਿਆਣਾ ਨਾਲ ਚੱਕੀ ਲਿਆ, ਸੇਤੀ ਦੁੱਧ ਪਿਆ।
ਕਿਦਾਂ ਦਿਹਾੜੀ ਲਾ ਲੂਗਾ ਇਹ ਆ ਮੇਰਾ ਪੁੱਤ ਦੁੱਧ ਪੀ ਗਿਆ ਪੁੱਤ ਠੀਕ ਹੀ ਕਹਿੰਦੇ ਸੀ ਮੇਰੇ ਮਾਂ ਪਿਓ ਕਿ ਇਹੋ ਜਿਹੀਆਂ ਨਹੀਂ ਕਿਸੇ ਦੀਆਂ ਮਿਹਤ ਹੁੰਦੀਆਂ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ 'ਚ ਹੀ ਪਤਾ ਲੱਗਦਾ ਪੁੱਤ ਮੈਂ ਤਾਂ ਕਦੇ ਸੋਚਿਆ ਨਹੀਂ ਕਿ ਤੇਰੀ ਮਾਂ ਸਾਨੂੰ ਇਹਨਾਂ ਹਾਲਾਤਾਂ 'ਚ ਛੱਡ ਜੂਗੀ ਚੱਲ ਮੇਰਾ ਨਹੀਂ ਤਾਂ ਤੇਰਾ ਹੀ ਖਿਆਲ ਕਰਦੀ ਮੈਂ ਤਾਂ ਉਹਦਾ ਸਾਥ ਹੁਣ ਤੱਕ ਦਿੰਦਾ ਹਾਂ ਵੇਖ ਲਾ ਤੇਰੀ ਮਾਂ ਦਾ ਹਾਲ ਉਹਨੇ ਪੂਰਾ ਤਰਸ ਨਹੀਂ ਕੀਤਾ ਉਹਦੇ ਕਰਕੇ ਤਾਂ ਮੈਂ ਆਪਣੇ ਮਾਂ ਪਿਓ ਵੀ ਛੱਡਤੇ ਆਂਟੀ ਨੂੰ ਪੁੱਛਦਾ ਸਾਹਮਣੇ ਭੈਣੇ ਆਹ ਕੁਝ ਕਰ ਗਈ ਮੇਰੇ ਨਾਲ ਵੇਖ ਲਾ ਕਿੰਨੀ ਮਾੜੀ ਨਿਕਲੀ ਕੁੜੀ ਲਿਓ ਭਾਜੀ ਮੈਨੂੰ ਫੜਾ ਦਿਓ ਉੱਦਾਂ ਨਾ ਸਿੰਮੀ ਬੜੀ ਮਾੜੀ ਕਰ ਗਈ ਆ ਇੱਦਾਂ ਨਹੀਂ ਸੀ ਉਹਨੂੰ ਕਰਨਾ ਚਾਹੀਦਾ ਪਹਿਲਾਂ ਉਹਨੇ ਜਿੱਦ ਫੜੀ ਸੀ ਤੁਹਾਡੇ ਨਾਲ ਵਿਆਹ ਕਰਾਉਣਾ ਵਾ ਅਤੇ ਬਾਅਦ 'ਚ ਇੱਦਾਂ ਕਰ ਗਈ ਮੈਂ ਵੀ ਭਾਜੀ 3-4 ਮਹੀਨਿਆਂ ਤੋਂ ਉਹਨੂੰ ਫੋਨ ਕਰਦੀ ਪਈ ਸੀ ਫੋਨ ਉਹਦਾ ਨਾ ਸਵਿੱਚ ਔਫ ਆਉਂਦਾ ਪਿਆ ਵਾ ਮੈਨੂੰ ਲੱਗਾ ਸ਼ਾਇਦ ਗੁੰਮ ਗਿਆ ਹੋਊਗਾ ਜਾਂ ਨੰਬਰ ਚੇਂਜ ਕਰ ਲਿਆ ਹੋਊਗਾ ਜਾਂ ਕੋਈ ਪ੍ਰੋਬਲਮ ਹੋਊਗੀ ਮੈਨੂੰ ਨਹੀਂ ਪਤਾ ਸੀ ਉਹ ਇੰਨਾ ਵੱਡਾ ਕੰਮ ਕਰ ਗਈ ਆ ਭਾਜੀ ਇੰਨਾ ਤਾਂ ਸੋਚ ਲੈਂਦੀ ਕਿ ਆਹ ਨਿੱਕੇ ਨਿਆਣੇ ਦਾ ਕੀ ਕਸੂਰ ਵਿਚਾਰਾ ਇਹ ਕੀ ਕਰੂਗਾ ਹੁਣ ਭੈਣੇ ਇਹੋ ਤਾਂ ਮੈਨੂੰ ਪਰੇਸ਼ਾਨੀ ਆ ਮੈਂ ਕੰਮ 'ਤੇ ਜਾਵਾਂ ਕਿ ਇਹਨੂੰ ਸਾਂਭਾਂ ਸੁੱਖੀ ਬਹਿ ਤੇਰੇ ਨਾਲ ਗੱਲ ਕਰਾਂ ਕੋਈ ਪੁੱਤ ਮੇਰੀ ਗੱਲ ਸੁਣ ਮੈਨੂੰ ਤਾਂ ਨਾ ਬੜਾ ਤਰਸ ਆਇਆ ਮਾਸੂਮ ਜੀ ਜਾਣ 'ਤੇ ਕਿੰਨਾ ਪਿਆਰਾ ਬੱਚਾ ਵਾ ਅਤੇ ਸਿੰਮੀ 'ਤੇ ਤਾਂ ਸਾਨੂੰ ਇਹ ਉਮੀਦ ਹੀ ਨਹੀਂ ਕਿ ਇੱਦਾਂ ਕਰ ਜੂਗੀ ਇੱਕ ਮਾਂ ਹੋ ਕੇ ਇੱਦਾਂ ਕਰ ਗਈ ਆ ਚੱਲ ਜਦੋਂ ਤੱਕ ਸ਼ੇਰੇ ਦਾ ਵਿਚਾਰੇ ਦਾ ਨਹੀਂ ਮਾਂ ਪਿਓ ਮੰਨਦਾ ਤਾਂ ਆਪਾਂ ਇੱਦਾਂ ਕਰੀਏ ਤਦ ਤੱਕ ਬੱਚੇ ਨੂੰ ਕੋਲ ਰੱਖ ਲੈਂਦੇ ਹਾਂ ਸਾਨੂੰ ਵੀ ਬੱਚੇ ਦੀ ਜ਼ਰੂਰਤ ਆ ਨਾਲੇ ਭਾਬੀ ਤੇਰੀ ਆਰੇ ਲੱਗ ਜੂਗੀ ਗੱਲ ਤਾਂ ਤੁਹਾਡੀ ਸਹੀ ਹੈ ਮੰਮੀ ਤੁਹਾਨੂੰ ਕਹੀਏ ਸ਼ੇਰੇ ਨੂੰ ਵੀ ਛੱਡ ਜਾ ਸ਼ੇਰੇ ਪੁੱਤ ਲਿਆ ਕਾਕਾ ਤੂੰ ਇੱਦਾਂ ਕਰ ਆਪਣੇ ਘਰ ਜਾ ਕੇ ਨਾ ਮੰਮਾ ਪਾਪਾ ਨੂੰ ਆਪਣੇ ਉਹਨੂੰ ਮਨਾ ਲਾ ਬਾਕੀ ਮਾਂ ਪਿਓ ਮੰਨ ਜਾਂਦੇ ਹੁੰਦੇ ਆ ਕੋਈ ਗੱਲ ਨਹੀਂ ਜ਼ਿਆਦਾ ਦੇਰ ਨਾਰਾਜ਼ ਨਹੀਂ ਰਹਿੰਦੇ ਹੁੰਦੇ ਬੱਚਿਆਂ ਨਾਲ ਸ਼ੇਰੇ ਪੁੱਤ ਜਿੰਨੀ ਦੇਰ ਤੇਰੇ ਮੰਮਾ ਪਾਪਾ ਨਹੀਂ ਨਾ ਮੰਨਦੇ ਤੂੰ ਉਦੋਂ ਤੱਕ ਕਾਕਾ ਸਾਡੇ ਕੋਲ ਛੱਡ ਬਾਕੀ ਤੂੰ ਚਿੰਤਾ ਨਾ ਕਰ ਉਨੀ ਦੇਰ ਕਾਕੇ ਨੂੰ ਆਪਾਂ ਰੱਖ ਲੈਂਦੇ ਹਾਂ ਠੀਕ ਹੈ ਆਂਟੀ ਜੀ ਤੁਸੀਂ ਤਾਂ ਮੇਰੇ ਮਨ ਤੋਂ ਨਾ ਸਾਰਾ ਹੀ ਬੋਝ ਲਾਤਾ ਮੈਂ ਤੁਹਾਡਾ ਸਾਨ ਕਦੀ ਨਹੀਂ ਭੁੱਲਾਂਗਾ ਵੇਖ ਲਾ ਭਾਬੀ ਲੋਕਾਂ ਦੇ ਹਾਲ ਹੈ ਲੋਕੀ ਇਹਨਾਂ ਚੀਜ਼ਾਂ ਨੂੰ ਤਰਸਦੇ ਆ ਅਤੇ ਸਹੀ ਗੱਲ ਹੈ ਸੁਮਨ ਜਿਨ੍ਹਾਂ ਨੂੰ ਮਿਲਦੇ ਨੇ ਉਹ ਕਦਰ ਨਹੀਂ ਕਰਦੇ ਚੰਗਾ ਧਿਆਨ ਰੱਖਿਓ ਮੇਰੇ ਕਾਕੇ ਦਾ ਅੱਲਾ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ 40 ਸਾਲਾਂ ਦਾ ਮਹਾਨ ਤਜਰਬਾ ਮੌਲਵੀ ਸੈਫੁਲ ਅਜ਼ਮਾਨ ਜੀ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ ਸਮੱਸਿਆ ਜਿਵੇਂ ਲਵ ਮੈਰਿਜ ਗ੍ਰਹਿ ਕਲੇਸ਼ ਜਾਦੂ ਟੋਣਾ ਕੀਤਾ ਕਰਾਇਆ ਵਿਦੇਸ਼ ਯਾਤਰਾ ਵਿਆਹ ਵਿੱਚ ਰੁਕਾਵਟ ਸੌਤਨ ਦੁਸ਼ਮਣ ਤੋਂ ਛੁਟਕਾਰਾ ਫਸ਼ੀਕਰਨ ਪਤੀ ਪਤਨੀ ਦੇ ਵਿੱਚ ਅਨਬਨ ਮੇਰੇ ਇਲਮ ਨੂੰ ਤੋੜਨ ਵਾਲੇ ਨੂੰ 1,00,000 ਦਾ ਇਨਾਮ ਹੁਣੇ ਕਾਲ ਕਰੋ